ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਐਮ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਮੁਹੰਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਦੇ ਬਟਨ ਕਰਨਾ ਕਲਿੱਕ, ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਸੱਜਣਾ ਤੇ ਵੀਰਾਂ ਵਾਸਤੇ। ਅੱਜ ਜਨਾਬ ਜਿਹੜੀ ਮੈਂ ਵੀਡੀਓ ਲੈ ਕੇ ਆਇਆ, ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਸ਼ੌਕ ਪੂਰੇ ਕਰਾਵੇਗੀ ਤੇ ਸ਼ੌਕ ਵਾਲੇ ਲੋਕਾਂ ਵਾਸਤੇ ਜਿਸ ਤਰ੍ਹਾਂ ਦਾ ਮਾਲ ਜਨਾਬ ਮੰਗਦੇ ਸੀ, ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਉਸ ਤਰ੍ਹਾਂ ਦਾ ਲੈ ਕੇ ਹੋ ਗਿਆ ਹਾਜ਼ਰ। ਬਾਕੀ ਜਨਾਬ ਇਹ ਦੂਸਰਾ ਸੂਹਾ ਸੂਵੇਗੀ ਨਸਲ ਜ਼ਾਤ ਅੱਛੇ ਘਰਾਣੇ ਦੀ ਅੱਲਾ ਦੇ ਫਜ਼ਲ ਕਰਮ ਨਾਲ। ਬਾਕੀ ਜਨਾਬ ਕਿਸੇ ਕਿਸਮ ਦੀ ਅੱਜ ਜਨਾਬ ਊਚ ਨੀਚ ਨਹੀਂ ਹੈ। ਬਾਕੀ ਜਨਾਬ ਕਲੀਅਰ ਕੱਟ ਗੱਲਾਂ ਹੋਣਗੀਆਂ, ਧੁੰਨੀ ਤੋਂ ਲੈ ਕੇ ਤੇ ਸਾਹ ਤੱਕ ਅਗਰ ਹਵਾਨਾ ਨਾ ਹੋਵੇ ਤੇ ਫਿਰ ਜਨਾਬ ਗਿਲੇ ਸ਼ਿਕਵੇ ਜ਼ਰੂਰ ਕਰਨੇ ਨੇ। ਬਾਕੀ ਥਣ ਮਾਸ਼ਾਅੱਲਾ ਪੂਰਾ ਮੁੱਠ ਮੁੱਠ ਤੇ ਗੱਲਾਂ ਨਾਲ ਨੇ ਇਨਸ਼ਾਅੱਲਾ। ਕੈਮਰੇ ਦੀ ਨਜ਼ਰ ਹੈ ਪੂਰਾ ਜਨਾਬ ਮੁੱਠ ਮੁੱਠ ਤੇ ਵਿਰਲ ਅੱਲਾ ਦੇ ਫਜ਼ਲ ਹੈ ਇਨਸ਼ਾਅੱਲਾ ਪੂਰੀ। ਬਾਕੀ ਜਨਾਬ ਇਹ ਕੱਢੀ ਪੂਰੀ ਗਿੱਠ ਜਨਾਬ ਉੱਤੇ ਕੁਆੜਾ ਹੱਡੀ ਅੱਲਾ ਦੇ ਫਜ਼ਲੋ ਕਰਮ ਨਾਲ। ਬਾਕੀ ਜਨਾਬ ਮੱਝ ਅੱਲਾ ਦੇ ਫਜ਼ਲੋ ਕਰਮ ਨਾਲ ਪੂਰੀ ਅੱਲਾ ਦੇ ਰਹਿਮਤ ਨਾਲ। ਬਾਕੀ ਜਨਾਬ ਭਰਾਵਾਂ ਦੇ ਸ਼ੌਕ ਪੂਰੇ ਕਰਾਣੇ ਨੇ, ਸਫ਼ਰ ਕਰਕੇ ਮਿਹਨਤ ਕਰਕੇ ਦਰਿਆ ਪਾਰ ਕਰਕੇ ਭਰਾਵਾਂ ਦੀ ਖਾਤਰ ਅੱਲਾ ਦੇ ਫਜ਼ਲੋ ਕਰਮ ਨਾਲ। ਬਾਕੀ ਲੈਣੇ ਦੇਣੇ ਮੁਕੱਦਰ ਸੌਦਾ ਨਾਲ ਨਸੀਬ ਦੇ, ਇਹਨੂੰ ਕਹਿੰਦੇ ਨੇ ਜਨਾਬ ਹਵਾਨੇ ਤੇ ਪੈਰ ਰੱਖ ਕੇ ਮਾਝ ਦੇ ਉੱਤੇ ਬਹਿ ਸਕਦਾ ਬੰਦਾ, ਜਨਾਬ ਚੜ ਜਾਵੇ ਤੇ ਕੋਈ ਮਸਲਾ ਨਹੀਂ। ਬਾਕੀ ਜਨਾਬ ਮਾਝ ਦੀ ਅਗਲੀ ਖੀਰੀ ਕੈਮਰਾਮੈਨ ਸਾਹਿਬ ਜ਼ਰੂਰ ਵਿਖਾਣੀ ਹੈ, ਥੋੜਾ ਪਿੱਛੇ ਹੱਟ ਕੇ ਵਿਖਾਣੇ, ਤਾਂ ਕਿ ਜਨਾਬ ਭਰਾਵਾਂ ਨੂੰ ਕਿਸੇ ਕਿਸਮ ਦੀ ਜਨਾਬ ਵੇਖਣ ਵਾਸਤੇ ਕੋਈ ਮਸਲਾ ਨਾ ਹੋਵੇ ਜਨਾਬ। ਬਾਕੀ ਗੱਲਾਂ ਨਾਲ ਨਹੀਂ ਇਨਸ਼ਾਅੱਲਾ, ਕੰਮ ਕਰਕੇ ਵਿਖਾਣਾ ਤੇ ਨਾ ਹੀ ਜਨਾਬ ਕਿਸੇ ਨੂੰ ਕੋਈ ਚੈਲੰਜ ਕਰਨਾ। ਅੱਲਾ ਤਾਲਾ ਬਾਦ ਨਜ਼ਰ ਤੋਂ ਬਚਾਵੇ ਤੇ ਮਾਸ਼ਾਅੱਲਾ ਦੇ ਕਮੈਂਟ ਜ਼ਰੂਰ ਕਰਨੇ ਨੇ। ਪੂਰਾ ਮੁੱਠ ਮੁੱਠ ਦਾ ਥਣ, ਬੜਾ ਕੀਮਤੀ ਥਣ ਲੱਗਿਆ। ਬਾਕੀ ਜਨਾਬ ਲੱਤਾਂ ਤੋਂ ਫੁੱਟ ਫੁੱਟ ਬਾਹਰ 2 ਫੁੱਟ ਹਵਾਨਾ ਚੌੜਾ। ਬਾਕੀ ਜਨਾਬ ਲੈਣੇ ਦੇਣਾ ਹਮੇਸ਼ਾ ਦੀ ਤਰ੍ਹਾਂ ਮੁਕੱਦਰ ਬੱਲੀ ਬੋਲੀ ਮਾਸ਼ਾਅੱਲਾ। ਬਾਕੀ ਜਨਾਬ ਪੂਰੀ ਬਰੀਕ ਜਿਵੇਂ ਜਨਾਬ ਰੇਸ਼ਮ ਦਾ ਕੱਪੜਾ ਹੁੰਦਾ, ਇਹ ਕੱਢੀ ਮਾਸ਼ਾਅੱਲਾ ਖੁੱਡਾ ਪੁੱਠਾ ਟਾਕ 4 ਸ਼ੇਰ ਕੈਮਰੇ ਦੀ ਨਜ਼ਰ ਹੈ। ਬਾਕੀ ਜਨਾਬ ਗੱਲਾਂ ਕਰਾਂਗੇ ਮਾਲਕ ਨਾਲ ਸਾਂਝੀਆਂ, ਇਹ ਜਨਾਬ ਕਿੰਨੇ ਦਿਨ ਲਵੇਗੀ, ਕਿੰਨਾ ਦੁੱਧ ਕਰੇਗੀ। ਸਿੰਘੀ ਮਾਸ਼ਾਅੱਲਾ ਮੋੜ ਕੇ ਜਨਾਬ ਕਾਠਾਂ ਲਾਈ ਖੜੀ ਹੈ, ਬੋੜੀ ਬਿੱਲੀ ਜਨਾਬ ਖੱਪਾ ਚੀਜ਼ ਲੱਥਾ ਜਨਾਬ। ਬਾਕੀ ਕੰਨੀ ਮਾਸ਼ਾਅੱਲਾ ਬਿਲਕੁਲ ਜਨਾਬ ਲੰਮੀ ਅੱਲਾ ਦੇ ਫਜ਼ਲ ਕਰਮ ਨਾਲ। ਕੈਮਰਾਮੈਨ ਸਾਹਿਬ ਅੱਜ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਚਾਚੇ ਨੇ ਖੁਸ਼ ਕਰ ਦਿੱਤੀ ਤਬੀਅਤ। ਇਨਸ਼ਾਅੱਲਾ ਕਿਹੜਾ ਮੇਰਾ ਵੀਰ ਭਰਾ ਇਨਸ਼ਾਅੱਲਾ ਵੇਖੇਗਾ ਤੇ ਉਹਦੀਆਂ ਤਬੀਅਤਾਂ ਰਾਜ਼ੀ ਹੋਣਗੀਆਂ। ਬਾਕੀ ਜਨਾਬ ਚਾਚੇ ਨੇ ਜਨਾਬ ਤਬੀਅਤ ਰਾਜ਼ੀ ਕਰ ਦਿੱਤੀ ਹੈ, ਭਰਾ ਜਨਾਬ ਗਿਲੇ ਸ਼ਿਕਵੇ ਕਰਦੇ ਨੇ। ਹਾਜੀ ਸਾਹਿਬ ਮੱਝ ਜਨਾਬ 22 ਲੀਟਰ 24 ਲੀਟਰ ਗੱਲਾਂ ਲੋਕ ਕਰਦੇ ਨੇ, ਅੱਜ ਗੱਲਾਂ ਨਹੀਂ ਹੋਣੀਆਂ ਇਨਸ਼ਾਅੱਲਾ, ਖੜਾਕ ਹੋਣੇ ਨੇ ਤੇ ਖੁੱਲ ਕੇ ਗੱਲਾਂ ਕਰਨੀਆਂ ਨੇ। ਭਰਾਵਾਂ ਨੂੰ ਇਨਸ਼ਾਅੱਲਾ ਦੀਦਾਰ ਕਰਾਉਣਾ, ਜਿਸ ਇਹ ਮੱਝ ਨਹੀਂ ਵੇਖੀ ਤੇ ਅੱਲਾ ਦੇ ਫਜ਼ਲ ਇਨਸ਼ਾਅੱਲਾ ਉਹਦੇ ਜਨਾਬ ਨਸੀਬ ਸੁੱਤੇ ਹੋਣਗੇ। ਬਾਕੀ ਜਨਾਬ ਇੱਕ ਹੋਰ ਵੀ ਗੱਲ ਕਰਾਂਗੇ, ਹੋ ਸਕਦਾ ਭਰਾਵਾਂ ਨੂੰ ਕੋਈ ਗਲਤ ਫਹਿਮੀ ਹੋ ਜਾਵੇ, ਕਿਉਂਕਿ ਸਰਦੀ ਦੇ ਵਿੱਚ ਜਨਾਬ ਇੱਕ ਮਿੰਨੀ ਮੱਝ ਲਾਈ ਸੀ ਏਡੇ ਹਵਾਨੇ ਵਾਲੀ, ਅੱਜ ਸਰਦੀ ਤੋਂ ਜਨਾਬ ਅੱਧੀ ਗਰਮੀ ਵੀ ਗੁਜ਼ਰ ਗਈ ਹੈ ਤੇ ਅੱਜ ਫਿਰ ਜਨਾਬ ਉਹ ਮੱਝ ਦਾ ਲਿਬਾਸ ਆ ਗਿਆ ਅੱਲਾ ਦੇ ਫਜ਼ਲ ਨਾਲ। 2 ਫੁੱਟ ਹਵਾਨਾ ਚੌੜਾ ਨਾ ਹੋਵੇ ਤੇ ਫਿਰ ਜਨਾਬ ਆ ਕੇ ਗਿਲਾ ਲਾਜ਼ਮੀ ਕਰਕੇ ਜਾਣਾ, ਮੱਝ ਜਨਾਬ ਫੁੱਟ ਬਾਹਰ ਨਾ ਹੋਵੇ ਫਿਰ ਵੀ ਗੱਲਾਂ ਕਰਾਂਗੇ, ਮੁੱਠ ਦਾ ਥਾਣ ਨਾ ਹੋਵੇ ਤੇ ਫਿਰ ਵੀ ਜਨਾਬ। ਬਾਕੀ ਜਨਾਬ ਨਸਲ ਜ਼ਾਤ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਨੀਲੀ ਦਾ ਬਾਦਸ਼ਾਹ ਤੋਹਫਾ, ਮੁੱਠ ਮੁੱਠ ਤੇ ਥਾਣ ਪੂਰੀ ਵਿਰਲ, ਗਿੱਠ ਗਿੱਠ ਤੇ ਜਨਾਬ ਵੰਡਾ ਅੱਲਾ ਦੇ ਫਜ਼ਲ ਕਰਮ ਨਾਲ ਪੂਰੀ ਬਰੀਕ ਜਿਵੇਂ ਟਿਸ਼ੂ ਪੇਪਰ ਹੁੰਦਾ ਅੱਲਾ ਦੇ ਫਜ਼ਲ ਨਾਲ। ਕੈਮਰਾਮੈਨ ਸਾਹਿਬ ਤਸੱਲੀਆਂ ਕਰਵਾ ਦਿਓ, ਅੱਜ ਜਨਾਬ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ ਭਰਾਵਾਂ ਨੇ ਇਨਸ਼ਾਅੱਲਾ, ਕੋਈ ਜਨਾਬ ਗੱਲ ਬਚ ਨਾ ਜਾਵੇ। ਇਹ ਦੇਖੋ ਜਨਾਬ ਪੂਰਾ ਜਨਾਬ 2 ਫੁੱਟ ਹਵਾਨਾ ਚੌੜਾ, ਧੁੰਨੀ ਤੋਂ ਲੈ ਕੇ ਤੇ ਸਾਹ ਤੱਕ ਹਵਾਨਾ।
ਅੱਜ ਗੱਲਾਂ ਨੇ ਇਨਸ਼ਾਲਾ ਅੱਜ ਖੜਕਾਵ ਜਾ ਕੇ ਇਨਸ਼ਾਲਾ ਮਾਝ ਦੇਣੀ ਕਿਸੇ ਵੀਰ ਨੂੰ। ਬਹੁਤ ਸਾਰੇ ਵੀਰ ਕਹਿੰਦੇ ਸੀ ਅੱਜ ਸਾਹਿਬ 22 ਲੀਟਰ 24 ਲੀਟਰ ਕੋਈ ਮੱਝ ਜਨਾਬ ਸਾਨੂੰ ਵਿਖਾਓ ਤੇ ਅੱਜ ਜਨਾਬ ਵੇਖ ਲੋ। ਬਾਕੀ ਜਨਾਬ ਪੂਰੀ ਬਰੀਕ ਮਾਸ਼ਾਲਾ ਨੀਲੀ ਦਾ ਤੋਹਫਾ ਸ਼ਾਹਕਾਰ ਅੱਲਾ ਦੇ ਫਜ਼ਲ ਕਰਮ ਨਾਲ ਪੂਰੀ ਬਰੀਕ ਹੱਡੀ ਪੂਰੀ ਕੱਚ ਦੀ ਹਵਾਨਾ ਜਨਾਬ ਬਸਤੇ ਬੰਨੀ ਖੜੀ ਹੈ। ਬਾਕੀ ਜਨਾਬ ਇਹ ਮਸਜਿਦ ਕਿੰਨੇ ਦਿਨ ਲਵੇਗੀ, ਕਿੰਨਾ ਜਨਾਬ ਮਾਲਕ ਇਹਦਾ ਪਿਆਰ ਮੁਹੱਬਤ ਵਾਲਾ ਮੁੱਲ ਕਰਦਾ, ਉਹ ਸਾਰੀਆਂ ਗੱਲਾਂ ਜਨਾਬ ਸਾਂਝੀਆਂ ਲੈ ਕੇ ਦੇਵਾਂਗੇ। ਮੱਝ ਵਿੱਚ ਅੱਲਾ ਦੇ ਫਜ਼ਲ ਨਾਲ ਅੱਜ ਕਮੀਆਂ ਕੁਤਾਹੀਆਂ ਕੋਈ ਨਹੀਂ ਆ। ਬਾਕੀ ਜਨਾਬ ਗੱਲ ਹੈ ਸਾਰੀ ਨਸੀਬ ਦੀ। ਚਾਚਾ ਜੀ ਅਸਲਾਮੁਅਲੈਕਮ। ਵਾਲੇਕੁਮ ਸਲਾਮ ਚਾਚਾ ਜੀ। ਸਭ ਤੋਂ ਪਹਿਲੇ ਚਾਚਾ ਜੀ ਅੱਗੇ ਆਓ, ਮੇਰੇ ਕੋਲ ਆਓ, ਅੱਜ ਖੜਾ ਪੂਰਾ ਕਰੋ। ਅਸਲਾਮੁਅਲੈਕਮ ਜੀ ਚਾਚਾ ਜੀ। ਚਾਚਾ ਜੀ ਈਦ ਤਾਂ ਗੁਜ਼ਰ ਗਈ ਇਨਸ਼ਾਅੱਲਾ, ਅੱਜ ਤਰੀਕ ਹੈ 2, ਠੀਕ ਹੈ। ਮੈਂ ਪਹਿਲੇ ਪ੍ਰਾਣ ਦੱਸ ਦਿੱਤਾ ਕਿ ਮੇਰੀ ਮਾਂ ਸਰਦੀਆਂ ਹੀ ਲਾਏ ਸੀ ਇਸ ਹਵਾਨੇ ਦੀ, ਹੋ ਸਕਦਾ ਹਵਾਨੇ ਦੇਖ ਕੇ ਲੋਕ ਕਿਸੇ ਗੱਲ ਚ ਜਨਾਬ ਆਈ ਸਾਹਿਬ ਬੱਲੀ ਬੋਲੀ ਮੈਂ ਚੀਰ ਪੈਂਦਾ ਖੱਬਾ ਚੀਰ ਪੈਂਦਾ ਜੀ। ਮੈਂ ਆਮ ਤਾਂ ਨਹੀਂ, ਮੈਂ ਹੱਡੀ ਵੇਖ ਮੈਂ ਦੀ ਨਸਲ, ਉਹ ਮੈਂ ਮੋਟੀ ਸੀ, ਇਹ ਮੈਂ ਅਸਲ ਬਰੀਕ ਹੈ, ਮੈਂ ਦੀ ਨਸਲ ਦਾ ਤਾਂ ਵੇਖਣੀਆਂ ਪੈਂਦੀਆਂ ਨੇ ਚਾਚਾ ਕਰਾਣਾ। ਅੱਛਾ ਮੈਂ ਨਾ ਹਾਜੀ ਸਾਹਿਬ ਮੱਝ ਜਿਹੜਾ ਦੋਸਤ ਲਾ ਜਾਏਗਾ ਅੱਲਾ ਦੀ ਮਿਹਰਬਾਨੀ ਨਾਲ। ਅੱਛਾ ਮੈਂ ਵਾਅਦਾ ਕਰਨਾ ਇਨਸ਼ਾਅੱਲਾ 20 ਤੋਂ 22 ਲੀਟਰ ਮੱਝ ਲੋਕ ਆਂਦੇ ਸੀ, ਪਰ ਇਸ ਮੈਂ ਕੋਲ 20 ਤੋਂ 22 ਲੀਟਰ ਮੈਂ ਦੁੱਧ ਚਵਾਵਾਂਗਾ। ਅੱਛਾ ਅੱਲਾ ਦੀ ਮਿਹਰਬਾਨੀ ਨਾਲ ਚਾਚਾ। ਸੋ ਰੋਜ਼ ਦਿਹਾੜੀ ਆਖਦੇ ਨੇ ਮੱਝ ਵੱਟੂ ਚੰਗੀ ਨਹੀਂ ਲਿਆਂਦਾ, ਮੈਂ ਰੋਜ਼ ਰੋਜ਼ ਚੰਗੀਆਂ ਨਹੀਂ ਆਉਂਦੀਆਂ ਹਾਜੀ ਸਾਹਿਬ। ਮੈਂ ਬਹੁਤ ਨਸਲੀ ਤੇ ਬੜੀ ਜ਼ਾਤ ਵਾਲੀ ਏ, ਅੱਲਾ ਤੰਦਰੁਸਤੀ ਰੱਖੇ ਮੱਝਾਂ ਆਮ ਨਹੀਂ ਲੱਗਦੀ, ਕਿਸਮਤ ਨਾਲ ਅੱਛੀ ਆਉਂਦੀ ਏ ਤੇ ਆ ਗਈ ਅੱਲਾ ਦੇ ਫਜ਼ਲ ਨਾਲ, ਅੱਲਾ ਦੇ ਹੁਕਮ ਨਾਲ। ਅੱਛਾ ਜੀ ਚਾਚਾ ਨੂੰ ਉਮੀਦ ਹੈ ਮੱਝ ਕਿੰਨੇ ਦਿਨ ਲੈਂਦੀ ਏ? ਮੱਝ ਹਾਜੀ ਸਾਹਿਬ ਜੈਨਮੈਨ ਦੂਸਰਾ ਜੈਨਮੈਨ ਦੂਸਰਾ ਮਾਈ ਦੇ ਵਿਚ ਅੱਲਾ ਦੇ ਹੁਕਮ ਨਾਲ ਕੋਈ ਕਤਾਈ ਨੀ ਗਈ, ਮੱਝ ਅਸਲ ਘਰਾਣੇ ਦੀ। ਅੱਛਾ ਹਾਂਜੀ ਠੀਕ ਹੋ ਗਿਆ ਚਾਚਾ, ਗੱਲਾਂ ਆਪਾਂ ਕਰੀ ਜਾਈਏ ਨਾ। ਚਾਚਾ ਦੂਸਰਾ ਸੁਆ 2-3 ਦਿਨ ਲੈਂਦੀ, ਥਣਾ ਦੀ ਆਪਣੀ ਅਗਲੇ ਦੇ ਘਰ ਤੱਕ ਮੈਂ ਹਰ ਟਾਈਮ ਗਰੰਟੀ, ਥਾਣੇ ਗਿਲਟੀ ਮਰੋੜੀ ਛੱਟਾ ਫਾਰ ਇਹਦੀ ਆਪਣੀ ਗਰੰਟੀ। ਬਾਕੀ ਦੁੱਧ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ 20+ ਕਰਨਾ ਹੈ ਇਨਸ਼ਾਅੱਲਾ। 22 ਲੀਟਰ ਦੁੱਧ ਮੈਂ ਨਾ ਦੇਵੇ ਤਾਂ ਵੀ ਮੈਂ ਜ਼ਿੰਮੇਵਾਰ ਹਾਂ, ਮੱਝ ਨਸਲ ਦਾ ਤਾਂ ਵੇਖਣੀਆਂ ਪੈਂਦੀਆਂ ਨੇ। ਅੱਛਾ ਹੁਣ ਗੱਲ ਇਸ ਤਰ੍ਹਾਂ ਦੀ ਹੈ ਵੀ ਆਪਾਂ ਗੱਲ ਨੂੰ ਮੁਕਾਣਾ, ਇਹ ਮੱਝ ਦੇ ਜਿਹੜੇ ਆਪਾਂ ਮੁਹੱਬਤ ਪਿਆਰ ਚਾਹਤ ਇੰਨੀ ਦੀਦ ਨਾਲ ਆਏ ਅਸੀਂ, ਆਈ ਸਮੇਂ ਕਦਰ ਕਰਕੇ ਮੱਝ ਦੇਣੀ ਹੈ ਕਿਸੇ ਵੀਰ ਭਰਾ ਨੂੰ, ਕਿਉਂਕਿ ਚਾਹਤਾਂ ਮੁਹੱਬਤਾਂ ਸਾਡੇ ਨਾਲ ਰੱਖਦੇ ਨੇ, ਅਸੀਂ ਤੁਹਾਡੇ ਨਾਲ ਰੱਖਣੇ ਆ, ਠੀਕ ਹੈ ਸਾਹਿਬ। ਨਸਲਾਂ ਜਾਤਾਂ ਤਾਂ ਮਈਆਂ ਦੀਆਂ ਆਮ ਲੋਕ ਲਈ ਫਿਰਦੇ ਨੇ, ਪਰ ਐਡੀ ਨਸਲ ਜਾਤ ਵਾਲੀ ਨਾ ਨਹੀਂ ਲੱਭਦੀ। ਅੱਛਾ ਇਹਨੇ ਹੁਣ ਪਿਆਰ ਮੁਹੱਬਤ ਲੈਵਿਆਂ ਦੀ ਐਡੀ ਮੈਂ ਨਸਲ ਜਾਤ ਵਾਲੀ, ਇਹਨੂੰ ਪਿਆਰ ਮੁਹੱਬਤ ਵਾਲੇ ਚਾਚਾ ਆਪਾਂ ਜਿਹੜੇ ਪੈਸੇ ਲੈਣੇ ਨੇ ਹਾਂਜੀ, ਪਿਆਰ ਮੁਹੱਬਤ ਦਾ ਮੁੱਲ ਕਰਾਵਾਂ ਤਾਂ ਭਾਵੇਂ 7 ਲੱਖ ਕਰਾਈ ਰੱਖ, ਮੁੱਲ ਨਹੀਂ ਕਰਾਣਾ ਚਾਚਾ ਅੱਜ। ਅੱਜ ਕਿਸੇ ਭਰਾ ਨੂੰ ਨਾ ਈਦ ਤੋਂ ਬਾਅਦ ਦਾ ਜਨਾਬ ਤੋਹਫਾ ਹੀ ਦੇਣਾ ਵੇ। ਅੱਛਾ ਜੀ ਹਾਂਜੀ, ਇਹਦੇ ਪਿਆਰ ਮੁਹੱਬਤ ਵਾਲੇ ਨਿੱਕੀ ਜੀ ਗੱਲ ਸੁਣਾ ਚਾਚਾ ਤੇ ਕੰਮ ਨੂੰ ਮੁਕਾਈਏ ਆਪਾਂ। ਆਈ ਸਾਹਿਬ 6,30,000 ਰੁਪਏ। ਚਾਚਾ ਨਾ ਕਰ ਇਸ ਤਰ੍ਹਾਂ, ਮੇਰੀ ਗੱਲ ਸੁਣ ਲੈ, ਮੱਝ ਵਿੱਚ ਕੋਈ ਕਮੀ ਕਤਾਈ ਨਹੀਂ, ਆਈ ਸਮਝ। ਬਾਕੀ ਜਿਹੜਾ ਸਾਡੇ ਨਾਲ ਪਿਆਰ ਮੁਹੱਬਤ ਕਰਨਾ ਨੀ, ਇੱਕੋ ਹੀ ਗੱਲ ਕਰਦੇ, ਮੈਂ ਤਾਂ ਨਹੀਂ ਕਹਿੰਦਾ ਵੀ ਚਾਚਾ ਨੂੰ ਵੀ ਤੂੰ ਇੰਨੇ ਛੱਡ ਦੇ ਇੰਨੇ ਛੱਡ, ਇੱਕੋ ਹੀ ਗੱਲ ਕਰਦੇ ਫੈਮਿਲੀ ਵਿੱਚ ਆਪਾਂ ਮੱਝ 6 ਲੱਖ ਦੀ ਆਈ ਸਾਹਿਬ ਮੱਝ ਦੇਵਾਂਗਾ, ਕਿਸੇ ਦੋਸਤ ਨੂੰ ਪਸੰਦ ਆਵੇ ਮੱਝ ਲੈ ਜਾਵੇ ਇਨਸ਼ਾਅੱਲਾ ਤਾਲਾ ਪੂਰੀ ਬਰੀਕ ਹੈ, ਮੈਂ ਕੱਚ ਦੀ ਮੈਂ ਬਣੀ ਹੈ, ਮੈਂ ਨਸਲ ਜ਼ਾਤ
ਜਿਹੜਾ ਬੰਦਾ ਸਮਝਦਾ ਆਇਆ 5 ਮਿੰਟ ਨਾ ਲੱਗਣ ਸਮਝਣਗੇ ਇਨਸ਼ਾਅੱਲਾ। ਅੱਜ ਨਾ ਸਮਝ ਆਈ ਤੇ ਫਿਰ ਆਣੀ ਵੀ ਨਹੀਂ ਜੀ ਜੀ ਜੀ। ਅੱਛਾ ਚਾਚਾ 6 ਲੱਖ ਚ ਸਾਡੇ ਆਣ ਦਾ ਕਦਰ ਕਰਦੇ ਜਿੰਨਾ ਕਰਨੇ ਹਾਂਜੀ ਸਾਹਿਬ ਕਦਰ ਦਾਤ ਅੱਲਾ ਖੈਰ ਕਰੇ ਤੁਹਾਡੀ ਕਦਰ ਏ 5000 ਰੁਪਿਆ ਨਾ ਦਿਆ ਚਾਚਾ 5000 ਦਾ ਕੀ ਯਾਦ ਆ ਚਾਚਾ 5000 ਦਾ ਤਾਂ ਕੁਛ ਵੀ ਨਹੀਂ ਆਉਂਦਾ 5000 ਤੋਂ ਕਦਰ ਕੀਤੀ ਤੇ ਫਿਰ ਸਾਡੀ ਕਦਰ ਤਾਂ ਨਾ ਕੀਤੀ ਜੀ। ਇੱਕੋ ਹੀ ਗੱਲ ਕਰ ਚਾਚਾ ਕਿੰਨੀ ਕਦਰ ਕਰਨਾ ਤੇਰੇ ਕੋਲ ਸਫ਼ਰ ਕਰਕੇ ਆਏ ਆਈ ਸਮਝ ਕੇ ਨਹੀਂ ਆਈ ਤੇ ਮੁਕਾਈਏ ਕੰਮ ਨੂੰ 5,90,000 ਦੀ ਆਈ ਸਾਹਿਬ ਮਾਈ 5,90,000 ਦੀ ਕੋਈ ਭਰਾ ਆਪਾਂ ਨੂੰ 1,00,000-2,50,000 ਦਾ ਟੋਕਨ ਕਰਾ ਦਿੰਦਾ ਕਹਿੰਦਾ ਮੈਂ ਸੂਈ ਤੂੰ ਜਨਾਬ ਤਾਰਾ ਮਾਰ ਕੇ ਲੈ ਜਾਵਾਂਗਾ ਬਿਲਕੁਲ ਠੀਕ ਹੋ ਰੋਕ ਲਾਂਗਾ ਰੋਕ ਲਾਂਗਾ ਪੱਕੀ ਗੱਲ ਹੈ ਪੱਕੀ ਕਿਸੇ ਬੰਦੇ ਨੂੰ ਆਪਾਂ ਆਪਦਾ ਇਤਮਾਦ ਜਿਹੜਾ ਖਰਾਬ ਤਾਂ ਨਹੀਂ ਕਰਦੇ 2,00,000 ਰੁਪਇਆ 1,00,000 ਰੁਪਇਆ ਬਿਆਨਾ ਕਰਾਵੇ ਨਾ 5,000 ਕਰਾ ਕੇ ਤੇ ਆਖੇ ਮੈਂ ਆ ਜਾਵਾਂਗਾ 5,000 ਤਾਂ ਬੱਕਰੀ ਥੋੜੀ ਹੈ ਚਾਚਾ ਹਾਂਜੀ ਬੱਕਰੀ ਨਹੀਂ ਅਗਲੇ ਰੋਕ ਨਹੀਂ ਆਈ ਸਾਹਿਬ ਮੈਂ 1,00,000 ਰੁਪਇਆ ਹੋਵੇ ਜਾਂ 2 ਹੋਵੇ ਤੇ ਮੈਂ ਮਾਈ ਰੋਕ ਸਕਦਾ ਉਹਦੇ ਵਿੱਚ ਆਪਣੀ ਗਰੰਟੀ ਪੂਰੀ ਗਰੰਟੀ ਹੋਵੇਗੀ ਮੱਝ ਚੋਕ ਕੇ ਤਸੱਲੀ ਕਰਕੇ ਲੈ ਜਾਵੇ ਜੇ ਕੋਈ ਭਰਾ ਸਾਡੇ ਇਤਮਾਦ ਤੇ ਲੈ ਜਾਵੇ ਜੀ ਤੇ ਆਪਣੇ ਅਗਲੇ ਦੇ ਖਾਤੇ ਕੇ ਗਰੰਟੀ ਇਨਸ਼ਾਅੱਲਾ ਤਾਲਾ ਗਰੰਟੀ ਮਾਈ ਜੀ ਠੀਕ ਹੋ ਗਿਆ ਲਓ ਜੀ 5,90,000 ਦੇ ਵਿੱਚ ਇਨਸ਼ਾਅੱਲਾ ਭਰਾਵਾਂ ਵਾਸਤੇ ਕੋਸ਼ਿਸ਼ ਜ਼ਰੂਰ ਹੋਵੇਗੀ ਤੇ ਬਾਕੀ ਜਨਾਬ ਹਰ ਜਾਨਵਰ ਇਨਸ਼ਾਅੱਲਾ ਮੁਖਤਲਿਫ ਹੁੰਦਾ ਲੇਕਿਨ ਅੱਜ ਵਾਲੀ ਮੱਝ ਅੱਲਾ ਦੇ ਫਜ਼ਲ ਹੈ ਇਨਸ਼ਾਅੱਲਾ ਮੁਖਤਲਿਫ ਹੈ ਬਾਕੀ ਭਰਾਵਾਂ ਨੇ ਇਨਸ਼ਾਅੱਲਾ ਵੀਡੀਓ ਵੇਖ ਲੈਣੀ ਹੈ ਵੀਡੀਓ ਟੋਰ ਫਿਰ ਕੇ ਮੱਝ ਦੀ ਇਨਸ਼ਾਅੱਲਾ ਵਿਖਾਵਾਂਗੇ ਨਾਲ ਅੱਜ ਵਾਲੀ ਵੀਡੀਓ ਦੀ ਉਮੀਦ ਕਰਾਂਗੇ ਇਨਸ਼ਾਅੱਲਾ ਕਿ ਭਰਾਵਾਂ ਨੂੰ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਪਸੰਦ ਆਵੇਗੀ ਪਸੰਦ ਆਵੇ ਤਾਂ ਆਪਣੇ ਚੈਨਲ ਨੂੰ ਸ਼ੇਅਰ ਲਾਈਕ ਮੁਹੱਬਤਾਂ ਦੇ ਕਮੈਂਟ ਜ਼ਰੂਰ ਕਰਨੇ ਨੇ ਬਾਕੀ ਲੈਣੇ ਦੇਣੇ ਮੁਕੱਦਰ ਸੌਦਾ ਨਾਲ ਨਸੀਬ ਦੇ ਮਾਸ਼ਾਅੱਲਾ ਰਿਕਾਰਡ ਯਾ ਆਫਤਾ ਅੱਲਾ ਦੇ ਫਜ਼ਲੋ ਕਰਮ ਨਾਲ ਅੱਛਾ ਕਰਾਣਾ ਬਾਕੀ ਜਨਾਬ ਇਸ ਮੱਝ ਦਾ ਕਿਸੇ ਬੰਦੇ ਨੂੰ ਕੋਈ ਦੁੱਧ ਵਿੱਚ ਡਾਊਟ ਹੋਵੇ ਜਾਂ ਸ਼ੱਕ ਸੁਭਾ ਹੋਵੇ ਜਾਇ ਸਾਹਿਬ ਇਹਨਾਂ ਦੁੱਧ ਨਹੀਂ ਕਰੇਗੀ ਬਿਆਨਾ ਕਰਾਵੇ ਤੇ ਜਨਾਬ ਆਪਦੀ ਜਿਹੜੀ ਹੈ ਵਜਾਹ ਖੜਕਾ ਕੇ ਲੈ ਕੇ ਜਾਵੇ ਹਾਜੀ ਸਾਹਿਬ ਤਸੱਲੀਆਂ ਕਰਾਏ ਇਨਸ਼ਾਅੱਲਾ ਤਾਲਾ ਇਹ ਨਹੀਂ ਕੋਈ ਆਮ ਮੱਝ ਨਹੀਂ ਜੀ ਤਸੱਲੀਆਂ ਕਰੇ ਇਨਸ਼ਾਅੱਲਾ ਹਾਂਜੀ ਜਾਣ ਦੇ ਚਾਚਾ ਪਰ ਕਿੰਨੇ ਦੇ ਬਾਕੀ ਜਨਾਬ ਨੰਬਰ ਆਪਣਾ ਸਕਰੀਨ ਤੇ ਚੱਲਦਾ ਮਿਲਾਂਗੇ ਜਨਾਬ ਅੱਛੀ ਤੇ ਨਵੀਂ ਵੀਡੀਓ ਦੇ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ ਗਲਤੀ ਮਾਈ ਦੀ ਗਈ ਨਾ ਜੀ ਦੁਪਹਿਰ ਦੀ ਗਲਤੀ ਬੰਦੇ ਨਾ